تقدس دعا بسم اللہ الرحمن الرحیم اللہم ارزقنا فی الدنیا زیارۃ الحسین وفی الآخرۃ شفاعۃ الحسین اللہم اکتبنا من زوار الحسین وجعلنا من الباقین فی عزاء الحسین اللہم اشورنا تحت لواء الحسین اللہم اشورنا فی زمرۃ الحسین اللہم ادخلنا الجنۃ من باب الحسین برحمتک یا ارحم الراحمین بسم اللہ الرحمن الرحیم اللہم انی اسالک بحق آسیہ بنت مزاحم آسن فی عزاء الحسین علیہ الصلاۃ والسلام یا رب محمد صلی علی محمد اجل فرج کا ام آل محمد علیہ السلام صلوات اچھی آواز نال پڑھو صلوات پڑھنا عظیم عبادت ہے کیسی صلوات پڑھو چودہ دا پاک اللہ راضی ہو جاوے اچھی آواز استقبال روح معصوم اور بالخصوص بانی مجلس دے مرحومین دی بلندی درجات واسطے بآواز بلند صلوات تلاوت اعوذ باللہ من الشیطان الرجیم بسم اللہ الرحمن الرحیم الصلوات الحمد للہ رب العالمین ثم الصلاۃ والسلام علی ملک بسم اللہ الرحمن الرحیم کل سالکم علیہ اجران الا المودۃ فی القربا صلوات یادت گفتگو دا آغاز کیتا ہے تقریبا صبح دس ساڑھے دس بجے تک میں ممبر تے آیا مولا دے بڑے استان لے مدا خان پڑھ گئے اور بڑی قبولیت امیز مجلس ہے مولا کائنات بانیاں نے مجلس دے توفیقات وچ مزید اضافہ فرماوے حسین بادشاہ تانوں کسے کمینے دا محتاج نہ فرماوے تو سادات مومنین بالکل ہی پندرہ یا وی منٹ دی مجلس پاک پڑھنی ہے تو آج دی مجلس سے تھوڑی دیر میں تیرے نال گفتگو کرنا چاہتا ہوں کہ اللہ نے قرآن مجید تے کو دتا کیا ہے تیرے کلو منگیا کیا ہے حیدری مالک تے کو عطا کیا کیتے مالک تیرے کلو منگیا کیا ہے لاکھاں دے حوالے نال انتہائی ناچیز انسان لیکن قرآن مجید اچ مالک فرمائے میرا بندہ میں تے کو بار بار ڈیندا رہ گیا تے توجہ نہیں کیتی مالک فرمائے میرا بندہ تو قرآن پاک کھول کے قرآن دی پہلی سطر بسم اللہ دی بے دا نقطہ گول تے کو پتہ لگ وے سی میں نہ کہندا چاہے تواری زندگی دراز ہوئے بے اللہ تواری ہاں سلامت رکھے بے علی فرمایا قرآن مجید وچ میں تے کو آکھیا نہیں الیوم ندعو کل اناس بے امامہم میرا بندہ میں تے کو بھیجیندا کلا پیاں جڑا تے کو سدے سا کلا نہ آسے اپنے امام نال آسے باقی میں تین دنیا تے بھیجے دنیا تے ونج کے سوچنا تے ہے پرکھنا تے ہے جڑا میں تے کو جسم دے اعزاز عطا کیتے نے اس واسطے نہیں نیتے جو چوک دے بے
ਇਸ ਵਾਸਤੇ ਤੈਨੂੰ ਇਜ਼ਾ ਨਹੀਂ ਦਿੱਤੇ ਜੋ ਫਾਲਤੂ ਗੁਫ਼ਤਗੂ ਕਰ, ਕਮ ਅਜ਼ ਕਮ ਰਾਤ ਦੇ ਕਿਸੇ ਹੀ ਹਿੱਸੇ ਥੋੜ੍ਹੀ ਜਿਹੀ ਦੇਰ ਵਾਸਤੇ ਬਹਿ ਕੇ ਸੋਚ ਤਾਂ ਸਹੀ ਨਾ ਜੋ ਅੱਲਾਹ ਨੇ ਜਿਹੜੇ ਤੇ ਕੋਈ ਇਮਾਮ ਅਤਾ ਕੀਤੇ ਹਨ, ਗਦੀਰ ਵਾਲਾ ਕੌਣ ਹੈ, ਕਾਬੇ 'ਚ ਆਵਣ ਵਾਲਾ ਕੌਣ ਹੈ, ਤੁਹਾਡੀ ਜ਼ਿੰਦਗੀ ਦਰਾਜ਼ ਹੈ ਦਰੀ ਮੈਦਾਨ ਖੂਮ ਤੇ ਤਵੱਜੋ ਹੈ ਬਈ ਮੇਰੇ ਪਾਸੇ ਮੈਦਾਨ ਹੈ ਖੂਮ ਤੇ ਸਿਕੰਦਰ ਜਿਵੇਂ ਅੱਲਾ ਤੇਰੀ ਜ਼ਿੰਦਗੀ ਦਰਾਜ਼ ਫਰਮਾਵੇ, ਮੌਲਾ ਤੇ ਕੋ ਸਲਾਮਤ ਰੱਖੇ ਬਈ, ਮਾਲਕ ਫਰਮਾਏ ਮੈਂ ਤੇ ਕੋ ਹਰ ਸ਼ੈ ਅਤਾ ਕੀਤੀ, ਹਰ ਸ਼ੈ ਦਿੱਤੀ ਹੈ, ਹਰ ਸ਼ੈ ਦੇਵਣ ਦੇ ਬਾਅਦ ਮੈਂ ਤੇਰੇ ਕੋਲੋਂ ਜ਼ਿਆਦਾ ਚੀਜ਼ਾਂ ਨਹੀਂ ਮੰਗੀਆਂ, ਮੈਂ ਤੇਰੇ ਕੋਲੋਂ ਇੱਕ ਸ਼ੈ ਮੰਗੇ, ਕੁੱਲਾ ਅਸਅਲੁਕੁਮ ਅਲੈਹ ਅਜਰਨ ਇਲਲ ਮਵੱਦਤ ਫਿਲ ਕੁਰਬਾ, ਇਸ ਘਰ ਨਾਲ ਮੁਹੱਬਤ ਨਹੀਂ ਮਵੱਦਤ ਕਰਨੀ। ਅਗਰ ਇੱਕ ਬੰਦਾ ਹੀ ਮੇਰੇ ਨਾਲ ਸਫ਼ਰ ਕਰੇ ਤਾਂ ਮੇਰੀ ਮਿਹਨਤ ਦਾ ਸਿਲਾ ਮੈਨੂੰ ਮਿਲ ਗਿਆ, ਬਈ ਮੁਹੱਬਤ ਔਰ ਮਵੱਦਤ ਵਿੱਚ ਫਰਕ ਕਿਆ ਹੈ। ਸਾਦਾਤ ਮੋਮਿਨੀਨ, ਜਿਹੜੀ ਚੀਜ਼ ਚਿੱਟੇ ਦੀਨ ਕੋ ਮਵੱਦਤ ਦੇ ਸਾਹਮਣੇ ਕੁਰਬਾਨ ਕੀਤੀ ਵਜੀ ਵੇ, ਉਹ ਕੋ ਮੁਹੱਬਤ ਆਦੇ। ਪੁੱਤਰ ਨਾਲ ਮੁਹੱਬਤ ਬੰਦਾ ਡੱਠਾ ਹੋਇਆ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦਾ, ਤੌਕੀਰ ਦੀ ਪੁੱਤਰ ਨਾਲ ਮੁਹੱਬਤ ਕੰਡਾ ਪੁਰ ਪੇ ਪਿਓ ਪਹਿਲੇ ਕਿ ਮੈਂ ਸਦਕੇ ਥੀਵਾਂ, ਲੇਕਿਨ ਜ਼ਿਕਰ ਹੁਸੈਨ ਨਾਲ ਮੁਹੱਬਤ ਡਾਵੀਂ ਦਾ ਡੀ ਆਉਂਦੇ, ਦੀਗਰ ਦਾ ਵੇਲਾ ਆਉਂਦੇ, ਹਲਕਾ ਮਾਤਮਿਆਂ ਦਾ ਆਉਂਦੇ, ਬੁੱਢੜਾ ਪਿਓ ਆਉਂਦੇ, ਪੁੱਤਰ ਕੁਗੈਨਾ ਦੇ, ਬਈ ਇਹ ਹਲਕਾ ਹੈ ਤੇ ਇੱਥੇ ਆ ਕੇ ਮਾਤਮ ਕਰ ਬਾਬਾ, ਜਦੋਂ ਮੈਂ ਝੜਿਆ ਆਵੀ ਉਵੇਲੇ ਤਾਂ ਪਰੇਸ਼ਾਨ ਥੀ ਆਵੇ, ਫਰਮਾਇਆ ਉੱਥ ਮੇਰੀ ਮੁਹੱਬਤ ਆਈ, ਹਲੋ ਚੁਲੋ ਇੱਥ ਮੇਰੀ ਮਵੱਦਤ ਹੈ, ਉਹ ਸਿਲਸਿਲਾ ਹੈ ਮੁਹੱਬਤ ਹੈ ਜੋ ਮੈਂ ਬਰਦਾਸ਼ਤ ਨਹੀਂ ਕਰ ਸਕਿਆ, ਇਸ ਮੇਰੀ ਮਵੱਦਤ ਹੈ, ਇੱਥ ਹੁਸੈਨ ਸਾਹਮਣੇ ਅਤੇ ਸੰਗਲੀ ਮਾਰ। ਜਾਮਿਆ ਸਾਹਿਬ ਜ਼ਮਾਨੇ ਚੁਣੇ ਹੋਏ ਲੋਕ ਹੈ ਬੈਠੇ ਹੋ, ਜਿਹੜਾ ਪੁੱਤਰ ਸੰਗਲੀ ਮਰੇਂਦੇ ਪਿਓ ਖੜਾ ਕਿਵੇਂ ਆਉਂਦੇ, ਬੋਲੋ ਬਈ ਮੇਰੇ ਨਾਲ, ਇਸ ਰੰਗ 'ਚ ਬੜਾ ਮੁਤਮੈਨ ਅੰਦਾਜ਼ ਹੈ ਪਿਓ ਖੜਾ ਆਉਂਦੇ, ਪਿਓ ਮੁਤਮੈਨ ਅੰਦਾਜ਼ ਖੜਾਈ ਵਾਸਤੇ ਆਉਂਦੇ, ਜੋ ਫਖਰ ਕਰੇਂਦੇ ਅੱਜ ਮੇਰਾ ਪੁੱਤਰ ਮਾਤਮੀ ਹੋ ਗਏ, ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ, ਤੁਹਾਡਾ ਭਲਾ ਹੋਵੇ ਬਈ, ਖਤਮ ਖਤਮ ਬਈ, ਇਤਨਾ ਪੜ੍ਹਨਾ ਆਈ ਮਾਲਿਕ ਮੇਰੇ ਬਈ ਦੀ ਜ਼ਿੰਦਗੀ ਦਰਾਜ਼ ਫਰਮਾਵੇ। ਜਾਮਿਆ ਸਾਹਿਬੋ ਜ਼ਮਾਨ 'ਚ ਬਹਿ ਕੇ ਗੁਰਬਾ ਅਤੇ ਅਮੀਰ ਅਲ ਮੋਮਿਨੀਨ ਦੀਆਂ ਧੀਆਂ ਤੇ ਰੋਵਣ ਲਿਆ, ਥੋੜ੍ਹੀ ਜਿਹੀ ਦੇਰ ਵਾਸਤੇ ਤੂੰ ਆਪ ਇਤਨਾ ਦੱਸਾ, ਅਜਰੇ ਰਿਸਾਲਤ ਦੇ ਹਵਾਲੇ ਨਾਲ ਇਹੋ ਹੱਕ ਬਣਦਾ ਹੈ ਜੋ ਦੀਗੇ ਰਲੇ ਇੱਕ ਘੁੱਟ ਪਾਣੀ ਦੇ ਨਹੀਂ ਮਿਲਿਆ, ਕੌਣਾਂ ਦੇ ਮਜਲਿਸ ਖਲੂਸ ਤੂੰ ਖਾ ਲਈਏ ਬਾਈ, ਅਜ਼ੀਮ ਪੁਰਸਾ ਹੈ, ਬਹੁਤ ਬੜੀ ਰੂਹਾਨੀਅਤ ਵਾਲੀ ਮਜਲਿਸ ਹੈ, ਮੁਸਲਸਲ ਮੈਂ ਕੋ 4-5 ਘੰਟੇ ਹੋ ਗਏ ਮੈਂ ਮਿੰਬਰ 'ਤੇ ਬੈਠਾ, ਇਸ ਇਲਾਕੇ ਵਾਲੇ ਆਪ ਬੋਲ ਕੇ ਜਵਾਬ ਦਿਓ, ਮਵੱਦਤ ਦੇ ਜ਼ਿਮਾਨੇ 'ਚ ਇਹੋ ਹੱਕ ਬਣਦਾ ਹੈ ਜੋ ਦੀਗੇ ਰਲੇ ਲਾਸ਼ ਕੱਲੇ ਚਾਹੀਏ, ਮਵੱਦਤ ਦੇ ਜ਼ਿਮਾਨੇ 'ਚ ਇਹੋ ਹੱਕ ਬਣਦਾ ਹੈ ਜਦੋਂ ਕੁਸ ਗਿਆ ਹੈ ਆਲੀਆ ਵੱਲ ਨਾ ਆਵਿਆ, ਇਹ ਮਵੱਦਤ ਦੇ ਜ਼ਿਮਾਨੇ 'ਚ ਇਹੋ ਹੱਕ ਬਣਦਾ ਹੈ ਜੋ ਉਹਨਾਂ ਹੱਥਾਂ 'ਚ ਜ਼ੇਵਰ ਪਏ ਨੇ ਜਿਹਨਾਂ ਹੱਥਾਂ ਦਾ ਅੰਬੀਆ ਤੂੰ ਪਰਦਾ ਹੈ, ਉਹਨਾਂ ਹੱਥਾਂ 'ਚ ਜ਼ੇਵਰ ਪਏ ਨੇ ਜਿਹਨਾਂ ਹੱਥਾਂ ਦਾ ਮਲਾਇਕਾ ਤੂੰ ਪਰਦਾ ਹੈ, ਉਹਨਾਂ ਹੱਥਾਂ 'ਚ ਜ਼ੇਵਰ ਪਏ ਨੇ ਜਿਹਨਾਂ ਕੋ ਸਕੇ ਪਿਓ ਨਾ ਡਿੱਠਾ ਆਈ, ਅੱਲਾ ਤੇਰਿਆਂ ਕੋਕਾਂ ਕਬੂਲ ਫਰਮਾਵੇ। ਜੀ ਬਿਸਮਿਲ੍ਲਾ ਬਾਬਾ ਜੀ ਬਿਸਮਿਲ੍ਲਾ, ਮੈਂ ਫਕੀਰ ਦੀਆਂ ਮਜ਼ਲੂਮ ਦਾ ਗਦਾ ਕਰ ਸਨਾ ਖਾਨਾ, ਤੇਰੀ ਮਿੱਟੀ ਦਾ ਗਰੀਬ ਮਦਾ ਖਾਨਾ, ਲੇਕਿਨ ਇੱਕ ਜੁਮਲਾ ਸੁਣਦੀ ਗਿਰਦ ਵੇਲਾ ਆਈ, ਜੁੰਮੇ ਦਾ ਡੀ ਆਈ ਕਹਿ ਠਿਜਰੀ ਆਈ, ਗਰਮ ਜ਼ਮੀਨ ਆਈ ਬਤੂਲ ਦਾ ਨਾਜ਼ਕ ਪੁੱਤਰ ਆਈ, ਅਤੇ ਇਹ ਇਸ ਰੰਗ ਏ ਪੁੱਤਰ ਪੁੱਛਿਆ, ਮੈਂ ਵਹਿਣ ਕਰਾਂ ਮੇਰੇ ਬਾਅਦ ਮੌਲਾ ਦੇ ਮਦਾ ਖਾਨ ਮੌਜੂਦ ਹੈ, ਇਸ ਰੰਗ 'ਚ ਐਸ ਅਸਗਰ 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 ਪਾਣੀ ਮੰਗਸੇ, ਛੋਟੇ ਛੋਟੇ ਸਗੀਰ ਦੇ ਲੰਬ ਹੱਲੇ ਰੋਕ ਕੇ ਫਿਰ ਮੈਂ ਬਾਬਾ ਪਾਣੀ ਮੈਂ ਮੰਗਦਾ, ਲੇਕਿਨ ਇਹਦਾ ਸਾਹ ਚੋ ਗਿਰ ਤੂੰ ਹਿੰਨ ਕੌਣ, ਖੁਦਾ ਵਾਸਤੇ ਜਿਹਨਾਂ ਦੀਆਂ ਔਲਾਦਾਂ ਕੋਈ ਨਹੀਂ ਝੋਲੀ ਪੈਰੋ, ਮੈਂ ਵਹਿਣ ਕਰਾਂ ਬਾਈ ਕੌਣ ਹੈ, ਫਰਮਾਇਆ ਉਹ ਜਿਹੜਾ ਸਾਹਮਣੇ ਟਿੱਬੇ ਨਾਲ ਹੱਸਦਾ ਖੜੇ ਅਕਬਰ ਦਾ ਕਾਤਿਲ ਏ, ਬਾਬਾ ਹਸੀਨ ਹੈ, ਫਰਮਾਇਆ ਹਾਂ ਹਸੀਨ ਹੈ, ਬਾਬਾ ਤੇ ਇਹਦੇ ਕੋਲੋਂ ਹੀ ਮੰਗਣੇ, ਫਰਮਾਇਆ ਹਾਂ ਅਸਗਰ ਮੰਗਣਾ ਪੋਸੇ, ਰੋ ਕੇ ਆਖਿਆ ਬਾਬਾ ਆਪ ਦੱਸਾਂ ਭਾਵੇਂ ਜੋ ਮੈਂ ਛੋਟਾ ਹਾਂ ਹਾਂ ਤਾਂ ਅਲੀ ਨਾ, ਬਾਬਾ ਮੈਂ ਕਿਵੇਂ ਪਾਣੀ ਮੰਗਾਂ ਜਵਾਨ ਬਿਰਾ ਦੇ ਕਾਤਿਲ ਕੋਲੋਂ, ਮਜ਼ਲੂਮ ਬੜਾ ਰੁਨੇ ਰੋ ਕੇ ਫਰਮੈਂਦੇ ਨੇ ਅਸਗਰ ਪਾਣੀ ਨਹੀਂ ਮੰਗਣਾ, ਅੱਜ ਕੌਮ ਇਸ਼ਕੀਆ 'ਚ ਮੇਰੀ ਇਮਾਮਤ ਦੀ ਤਾਈਦ ਕਰਨੀ ਹੈ, ਓਏ ਜਾਮੀਆ ਸਾਹਿਬ ਜ਼ਮਾਨ 'ਚ ਬਹਿ ਕੇ ਰੋਵਣ ਵਾਲਿਓ, ਜਿਹੜਾ ਤਈਦ ਦਾ ਨਾਮ ਹੈ, ਫਰਮਾਇਆ ਜੇ ਤਈਦ ਇਮਾਮਤ ਹੈ ਨਾ
ਵਤ ਮਿੰਨਾ ਤਲਾ ਮੇ ਕੋ ਗਰਮ ਰੇਤ ਦੇ ਸਮਾ ਮੈਂ ਇਵੇਂ ਮੰਗਾਂ ਜਿਵੇਂ ਡਾਡੀ ਹੱਕ ਮੰਗਿਆ ਹੈ। ਮੈਂ ਅੱਜ ਇਵੇਂ ਪਾਣੀ ਮੰਗਸਾਂ ਕੌਮ ਅਸ਼ਕੀਆ ਕੋ ਪਤਾ ਲੱਗ ਸੀ 6 ਮਹੀਨਿਆਂ ਦਾ ਬਾਲ ਬੁਲੇ ਦਾ ਮੈਂ ਸਦਕੇ ਵਜਾਂ ਤਲੇ ਗਰਮ ਅਬਾ ਵਿੱਚ ਗਈ। ਇੱਕ ਵਹਿਣ ਕਰਨੇ 3 ਮਿੰਟ ਦੀ ਬਈ ਮਜਲੇ ਗਰਮ ਅਬਾ ਵਿੱਚ ਗਈ ਮਜ਼ਲੂਮ ਪੁੱਤਰ ਕੋ ਸਮਾਇਆ। ਅਸਗਰ ਅਸਗਰ ਪਾਣੀ ਮੰਗ ਨਾ ਇਨ ਕਰਕੇ ਡਿੱਠੇ ਬਾਬਾ ਪਾਣੀ ਮੈਂ ਮੰਗਦਾ ਲੇਕਿਨ ਉਹ ਸਾਹਮਣੇ ਕੌਣ ਹੈ? ਫਰਮਾਇਆ ਯਾਕੂਬ ਹੈ। ਨਾਲ ਕੌਣ ਹੈ? ਯੂਸੁਫ ਹੈ। ਨਾਲ ਕੌਣ ਹੈ? ਫਰਮਾਇਆ ਉਹ ਸਾਹਮਣੇ ਇਬਰਾਹੀਮ ਅਤੇ ਇਸਮਾਈਲ ਆਏ ਖੜੇ ਨੇ ਅਤੇ ਦੇਖ ਕੇ ਫਰਮਾਇਆ ਸਾਰੇ ਆਏ ਖੜੇ ਨੇ ਇਹਨਾਂ ਦੇ ਆਧੇ ਥਿੱਕ ਪਰਦਾਦਾਰ ਕੌਣ ਹੈ? ਮਜ਼ਲੂਮ ਬੋਲੇ ਰੋ ਕੇ ਫਰਮਾਇਆ ਪਰਦਾਦਾਰ ਤੇਰੀ ਡਾਡੀ ਹਾਜ਼ਰ ਹੈ। ਜਦੋਂ ਹਾਜ਼ਰਾ ਦੇ ਨਾਮ ਮੈਂ ਰੋ ਕੇ ਆਖੇ ਜੇ ਹਾਜ਼ਰਾ ਆ ਗਈ ਹੈ ਤਾਂ ਲੋ ਗਰਮ ਅਬਾਹ ਕੱਢ ਗਏ ਤਾਂ ਕਿ ਅੱਜ ਹੀ ਕੋਈ ਪਤਾ ਲੱਗੇ ਵੀ ਤੁਹਾਡੇ ਤੇ ਸਾਡੇ 'ਚ ਫਰਕ ਕਿਆ ਹੈ। ਤੈਂ ਛੁਰੀ ਦਾ ਨਿਸ਼ਾਨ ਡਿੱਠਾ ਹੀ ਤੇ ਮਰ ਗਈ ਆਵੇ। ਫਰਮਾਇਆ ਮੇਰੀ ਮਾਂ ਦਾ ਹੌਸਲਾ ਦੇਖ ਉਹ ਖਿਆਮ ਦੇ ਦਰ ਤੇ ਆਈ ਖੜੀ ਹੈ। ਅਬਾ ਨਿਕਲ ਗਈ ਮੇਰੇ ਇਮਾਮ ਫੌਜ ਅਸ਼ਕੀਆਤ ਡਿੱਠੇ ਯਾ ਯੂ ਅਲ ਮੁਸਲਿਮੂਨ ਅਲਤ ਸ਼ਾਨਨ ਬੇ ਸਲਾਸਤ ਅਯਾਮ ਲੋਗੋ ਮੈਂ 3 ਦਿਨਾਂ ਦਾ ਤੱਸਾ ਲੋਗੋ ਮੇਰੀ ਮਾਂ ਦੀ ਥਾਂ ਸੁੱਕ ਗਈ ਹੈ। ਜਿਹੜੇ ਅਜ਼ੀਮ ਅਜ਼ਾਦਾਰ ਹੈ ਬੈਠੇ ਬਾਅਦ ਇਹ ਗੱਲ ਕਰਨੀ ਹੈ ਪਿਸਰੇ ਸਾਹ ਦੌੜੇ ਉੱਥਾਂ ਆਏ ਜੇ ਹਰਾਮੀ ਕੋਲ 9 ਵਜ਼ੂ ਦਾ 9 ਕਿਲੋ ਦਾ ਵਜ਼ਨੀ ਜਾਮ ਆਈ ਬਸ ਕੋਲ ਹੈ ਹੁਰਮੇਲ ਜਾਮ ਚਾ ਤੀਰ ਚਲਾ ਤੱਲੇ ਰੱਖਿਆ ਕਮਾਣ ਉੱਤੇ ਤੀਰ ਪਾਵਿਆ ਕੋਈ ਇਹੋ ਜਿਹੀ ਮਜਬੂਰੀ ਬਣਦੀ ਆਈ ਤੀਰ ਜਾਣ ਪਾਉਂਦਾ ਹੈ। ਇਸ ਇਲਾਕੇ ਵਾਲੇ ਜਿਹੜਾ 3ਜੀ ਮਰਤਬਾ ਤੀਰ ਜਣੇ ਇਹ ਪਿਸਰੇ ਸਾਧ ਕੋਲ ਹੈ ਦੇਖ ਕੇ ਅਗਰ ਹੁਰਮੇਲ ਮੰਗਾਇਆ ਤਾਂ ਮੈਂ ਤੇ ਕੋ ਅਬਾਸ ਦੀ ਖਾਤਰ ਆਈ ਲੇਕਿਨ ਬੱਚੇ ਕੋ ਤੀਰ ਨਹੀਂ ਪਿਆ ਮਾਰ ਸਕਦਾ ਉਵੇਲੇ ਦੇਖ ਕੇ ਕਿ ਖੁਦਾ ਤੁਹਾਡੇ ਉੱਤੇ ਲਾਨਤ ਕਰੇ ਚਿੱਟੇ ਰੀ ਕੋ ਕਈ ਮਾਂ ਦੀ ਝੋਲੀ ਬਰਬਾਦ ਕਰਦੇ ਪਏ ਹੋ। ਜਦੋਂ ਮੈਂ ਤੀਰ ਕੋ ਚਾਹ ਕੇ ਕਮਾਉਣ 'ਚ ਫਿੱਟ ਕਰਦਾ ਕਿਆ ਮੰਜ਼ਰ ਆਉਂਦੇ ਆ ਕੇ ਸਾਹਮਣੇ ਵਾਲੀ ਕਾਲੀ ਕਨਾਤ ਹਲਵੇਂਦੀ ਏ ਅਲਾ ਜਾਣੇ ਸਗੀਰ ਦੀ ਮਾਂ ਭੇੜ ਜਿਹੜੀ ਡੈਕਿਆ ਦੀ ਝਲ ਝਲ ਮਾਰ ਆਪਣੇ ਤੀਰ ਦਾ ਵਜ਼ਾ ਨਹੀਂ ਦੇਖ ਮੇਰੇ ਸਗੀਰ ਦਾ ਵਜ਼ਾ ਨਹੀਂ ਦੇਖ ਮਾਤਮੀਆਂ ਦਾ ਦਾਰਾ ਗੱਲਾਂ ਹੁੰਦੀਆਂ ਪਈਆਂ ਹਰਾਮ ਦਾ ਦਾਂ ਦੇ ਜਿਤਨਾ ਜਲਦੀ ਹੋਵੇ ਤੀਰ ਚਲਾ ਤੀਰ ਦਾ ਆਖਣਾ ਹੈ ਜ਼ਲਾ ਦਰਜਾਤ ਬੁਲੰਦ ਕਰੇ ਕਿਬਲਾ ਸੈਦੀ ਸਾਹਿਬ ਹੋਰਾਂਦੇ ਉਹ ਪੜਦੇ ਹੁੰਦੇ ਆਏ ਨੀ ਹਰਾਮ ਦਾ ਦੇ ਯਾਸੀਨ ਨੂੰ ਦਮ ਕਰਕੇ ਮਾਨੇ ਯਾਸੀਨ ਨੂੰ ਤੀਰ ਮਾਰੇ ਇਤਨੀ ਤੇਰੀ ਨਾਲ ਤੀਰ ਚਲਾਏ ਦੂਸਾਏ ਨਾ ਕਰ ਮਜ਼ਬੂਤੀ ਨਾਲ ਨਾ ਪਕੜਾਉਂਦਾ ਜੈਨ ਤੇ ਤੀਰ ਵੰਜਿਆ ਸਗੀਰ ਨਾਲ ਵੰਜਿਆ ਅੱਲਾ ਗਵਾਏ ਹਰਾਮੀ ਤੀਰ ਚਲਾਏ ਤੀਰ ਦਾ ਚਲਣਾ ਆਈ ਗਰਦਨ ਵਿੱਚ ਲਗਾਇਆ ਮੇਰੇ ਇਮਾਮ ਇੰਦ ਕਰਕੇ ਡਿੱਠੇ ਅਸਗਰ ਪਾਣੀ ਪੀਆ ਫਰਮਾਇਆ ਹਾ ਬਾਬਾ ਪੀਆ ਅਸਗਰ ਤੂੰ ਦੱਸਾਂ ਹਰਾਮੀ ਕਿਵੇਂ ਤੀਰ ਮਾਰੇ ਆ ਰੋ ਕਿਆ ਦਿਨ ਬਾਬਾ ਮੇਰੀ ਖੈਰ ਪਹਿਲੇ ਤੂੰ ਦੱਸਾਂ ਤੇਰੀ ਬਾਹ ਬਚ ਗਈ ਹੈ ਆਵਾਜ਼ ਆਉਂਦੇ ਅਸਗਰ ਮੈਂ ਰਾਜ਼ੀ ਆ ਵਾ ਮੇਰਾ ਨਾਨਾ ਰਾਜ਼ੀ ਆ ਮੇਰੀ ਮਾਂ ਜ਼ਹਰਾ ਕਰ ਲਓ ਕਰ ਲਓ ਕਰ ਲਓ ਮਾਤਮ ਭਈਆ ਅੱਲਾ ਗਾ ਜਿਹੜਾ ਦੀ ਮਦਦਾਰ ਹੈ ਬੈਠਿਆ ਇੱਕ ਬੈਠ ਦੀ ਬਈ ਮਜਲੇ ਪੜਨੀ ਇੰਜ ਕਰਕੇ ਮੇਰੇ ਇਮਾਮ ਚ ਆਇਆ ਸਾਹਿਬ ਜ਼ਮਾਨ ਵਾਲੇ ਜਾ ਕੇ ਉੱਥੇ ਜਿੱਥਾ ਮਾਂ ਖੜੀ ਆਈ ਆ ਸੈਯਦਾ ਦੇ ਰਬਾਬ ਜਲਦੀ ਆ ਮੇਰੇ ਨਾਲ ਪੁੱਤਰ ਮਦਫਨ ਕਰਾ ਤੁਰ ਪੈਣ ਇੱਕ ਜਿੱਕੀ ਜੀ ਜਾ ਤੇ ਆਇਣ ਗਰੀਬ ਤਲਵਾਰ ਰੱਖੀ ਆ ਰੋ ਕੇ ਫਰਮੈਂਦੇ ਰਬਾਬ ਤੂੰ ਪੁੱਤਰ ਕੁਜਾ ਪੁੱਤਰ ਕੁਜਾਉਣਾ ਇੰਜ ਕਰਕੇ ਤੇਰਾ ਰਾ ਕੇ ਪਈਆ ਦੀਏ